तू मेरी गल सुन ला। हा मरन वाली पुत कहते गल मुड़ के ना कहीं मैं महा लब्बा तुहानू ठीक है ना ਤੇ ਕੋਈ ਗੱਲ ਉਹਨੂੰ ਮੈਂ ਸਮਝਾਉਣਾ ਵਾ। ਚੱਲ ਵੇਖ ਲਓ ਤੁਸੀਂ ਗੱਲ ਕਰਕੇ ਤੇ ਉਹ ਆਂਦਾ ਲਿਆ ਜਾਓ ਖਾਰ ਤੇ ਫਿਰ ਹੋਣਾ ਕੀ ਹੈ ਯਾਰ ਆਪ ਤੇ ਤੂੰ ਉੱਥੇ ਰਹਿਣਾ ਤੇ ਮੇਰਾ ਦੱਸਣ ਨੂੰ ਜੀਤ ਨਹੀਂ ਕਰਦਾ ਮੈਂ ਐਵੇਂ ਟੈਨਸ਼ਨ ਲਊਗਾ ਉੱਥੇ ਜਾ ਕੇ ਵੀ ਉਹ ਯਾਰ ਉਹ ਮਾਤਾ ਜੀ ਹੰਡਣਾ ਰਹਿੰਦੀ ਉਹ ਖਿੱਚਦੀ ਤੇ ਪੁੱਤ ਮੈਂ ਰੋਟੀ ਨਹੀਂ ਖਾਣੀ ਮੇਰੀ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂਗੀ ਬਸ ਮੇਰੇ ਕੋਲ ਲਵਲੀ ਆਇਆ ਠੀਕ ਆ ਲਵਲੀ ਆਇਆ ਸੀ ਮੇਰੇ ਕੋਲ ਸਵੇਰੇ ਅੱਛਾ ਉਹ ਵਿਚਾਰੇ ਪਤਾ ਕਿੰਨੇ ਤੰਗ ਆ ਜੇ ਤੁਸੀਂ ਉਹਨਾਂ ਨਾਲ ਇਦਾਂ ਕਰੋਗੇ ਤੇ ਫਿਰ ਦੱਸੋ ਕਿੱਦਾਂ ਰਹਿਣਗੇ ਉਹ ਘਰ 'ਚ दवाई खा के काम नहीं बेड़ा कमले गलां निकलदियां चल कोई नहीं सारे काम हो जाएंगे तो हूँ आंधी की ही फिर भी वो कुछ भी नहीं ना उन्होंने जीन दी है डैडी तो ना मैं जीन दी ਉਹ ਉਹਨੂੰ ਆਖਣਾ ਸੀ ਚਲੋ ਬੱਚੇ ਬਾਪੀ ਬਾਅਦ ਚ ਹੋਣਗੇ ਅਸੀਂ ਮਤਲਬ ਨੌਕਰੀ ਮਾੜਾ ਪੇਸ਼ਾ ਵੇਖ ਲਈਏ ਕੀ ਕਰਨਾ ਉਮਰ ਬੜੀ ਲੰਮੀ ਹੁੰਦੀ ਆ ਇਹੋ ਗੱਲ ਹੀ ਨਾਲ ਦੀ ਨੇ ਕਹੀ ਹੈ ਇਹੋ ਗੱਲ ਹੀ ਮੈਂ ਕਹਿਣ ਦਿਆ ਪਰ ਉਹਦੇ ਸਿਰ ਤੇ ਨਹੀਂ ਕੋਈ ਅਸਰ ਹੋਣਾ ਹੁਣ ਡੈਡੀ ਨੌਕਰੀ ਤੇ ਚੱਲ ਜਾਂਦਾ ਵਾ ਜੋਬਨ ਆਹੋ ਹੁਣ ਉਹਨੇ ਕਿੰਨਾ ਕੁ ਚਿਰ ਸਾਨੂੰ ਪੈਸੇ ਦੇਈ ਜਾਣੇ ਹੁਣ ਤੇ ਸਾਨੂੰ ਦੇਈ ਜਾਣ ਦਿਆ ਵੀ ਚੱਲ ਵਰਤੀ ਜਾਓ ਕੋਈ ਗੱਲ ਨਹੀਂ ਤੇ ਕੱਲ ਨੂੰ ਜੇ ਉਹਦਾ ਵਿਆਹ ਹੋ ਗਿਆ ਤੇ ਅਗਲੀਆਂ ਕੀ ਪਤਾ ਦੇਣ ਦੇਣੀਆਂ ਕਿ ਨਹੀਂ ਦੇਣ ਦੇਣ ਨਾਲੇ ਪੁੱਤ ਮੈਂ ਤੁਹਾਡਾ ਪਿਓ ਹਾਂ ਅਸੀਂ ਤਿੰਨ ਭਰਾ ਹੀ ਅਸੀਂ ਹੁਣ ਵੇਲਾ ਡੋਡੀ ਹੋ ਹੀ ਗਏ ਆ ਅੱਡ ਹੋਣਾ ਪੈਂਦਾ ਵਾ ਡੈਡੀ ਕਿੰਨਾ ਕੁ ਚਿਰ ਇਕੱਠੇ ਰਹਿਣਾ ਇਹ ਸੰਸਾਰ ਉਹ ਦੁਨੀਆ ਦੇ ਨਾਲ ਚੱਲਣਾ ਪੈਂਦਾ ਵਾ ਤੇ ਮਾਂ ਤੇਰੀ ਨੂੰ ਇਹਦਾ ਦਿਮਾਗ ਹੈ ਨਹੀਂਗਾ ਮੈਂ ਉਹਨੂੰ ਕੱਲ ਵੀ ਕਿਹਾ ਸੀ ਇੱਕ ਦਿਨ ਕਿ ਨਾ ਕਰਿਆ ਕਰ ਇਸ ਤਰ੍ਹਾਂ ਨਹੀਂ ਉਹਨੇ ਪਰ ਉਹ ਪਤਾ ਨਹੀਂ ਤੁਹਾਨੂੰ ਕੀ ਅੰਦਰ ਬਾਹਰ ਖਾਤੇ ਕਹਿੰਦੀ ਰਹਿੰਦੀ ਆ ਨਹੀਂ ਮੈਂ ਤਾਂ ਉਹਨੂੰ ਇਹੋ ਗੱਲ ਕਹੀ ਆ ਵੀ ਚੱਲ ਉਹ ਵੀ ਪੜ੍ਹੀ ਲਿਖੀ ਆ ਤੇ ਮੈਂ ਵੀ ਪੜਿਆ ਥੋੜਾ ਬਹੁਤਾ ਇੱਥੇ ਤੇ ਮੈਨੂੰ ਨਹੀਂ ਨੌਕਰੀ ਮਿਲਣੀ ਮੈਂ ਚੱਲ ਉਹਨੂੰ ਮਿਲ ਜਾਣੀ ਆ ਸਕੂਲ ਚ ਕਾਲ ਚ ਹਾਂ 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 ਤੇ ਮੈਂ ਡਬਈ ਡਬਈ ਲਾ ਆਉਣਾ ਸਾਲ ਡੇਢ ਸਾਲ ਤੇ ਕੋਈ ਨਹੀਂ ਬਾਅਦ ਚ ਵੇਖੀ ਜਾਊਗੀ ਪਰ ਨਾ ਉਹਨੇ ਦੇਖੋ ਜੇ ਦੇ ਫੜੀ ਉਹ ਤਾਂ ਨੌਕਰੀ ਨੌਕਰੀ ਹੁੰਦੀ ਆ ਹਾਂ ਤੇਰੇ ਹੁੰਦੇ ਆ ਫਿਰ ਕੋ ਮਹਾ ਕੋਠੇ ਹੀ ਪਏ ਆ ਹਾਂਜੀ ਹਾਂਜੀ ਠੀਕ ਨਹੀਂ ਸਾਰੀ ਜ਼ਿੰਦਗੀ ਦੇ ਵਿੱਚ ਨੌਕਰੀ ਪੁੱਤ ਮੇਰੇ ਕੋ ਹੁੰਦੀ ਤੇ ਨਾਲ ਪੈਲੀ ਹੁੰਦੀ ਥੋੜੀ ਬਹੁਤੀ ਤੇ ਜੋ ਮਰਜ਼ੀ ਕਰਦਾ ਮੈਂ ਹਾਂਜੀ ਹਾਂਜੀ ਠੀਕ ਨਹੀਂ ਤਾਂ ਕਰਕੇ ਪੁੱਤ ਨੂੰ ਇਹਦਾ ਪੜਾਇਆ ਲਿਖਾਇਆ ਵਾ ਤੂੰ ਮੇਰੀ ਗੱਲ ਸੁਣ ਲਾ ਹਾ ਮਰਨ ਵਾਲੀ ਪੁੱਤ ਕਿਤੇ ਗੱਲ ਮੁੜ ਕੇ ਨਾ ਕਹੀਂ ਮੈਂ ਤੇ ਮਹਾ ਲੱਭਾ ਤੁਹਾਨੂੰ ਠੀਕ ਹੈ ਨਾ ਤੇ ਕੋਈ ਗੱਲ ਉਹਨੂੰ ਮੈਂ ਸਮਝਾਉਣਾ ਵਾ ਚੱਲ ਵੇਖ ਲਓ ਤੁਸੀਂ ਗੱਲ ਕਰਕੇ ਤੇ ਉਹ ਆਂਦਾ ਲੈ ਜਾਓ ਖਾਰ ਤੇ ਫਿਰ ਮੈਂ ਆ ਗਿਆ ਟਰੈਕਟਰ ਲੈ ਜਾਣਾ ਆ ਚੱਲ ਠੀਕ ਹੈ ਜਾ ਹੋ ਜਾ ਮੇਰਾ ਪੁੱਤ ਯਾਰ ਇਹਨੂੰ ਜੀਵਨ ਨੂੰ ਪਤਾ ਨਹੀਂਗਾ ਲੱਗਦਾ ਵੀ ਨਿਆਣੇ ਆਪਣੇ ਥਾਂ ਸੱਚੇ ਆ ਅੱਜ ਨਿਆਣੇ ਬਾਲ ਬੱਚੇ ਵਾਲੇ ਹੋ ਗਏ ਕੱਲ ਨੌਕਰੀ ਮਿਲ ਗਈ ਤੇ ਕੀ ਕਰਾਂਗੇ ਨਾ ਇਹਦੇ ਕੋਲ ਸਾਂਭੇ ਜਾਣੇ ਨਾ ਮੇਰੇ ਕੋਲ ਸਾਂਭੇ ਜਾਣੇ ਪਤਾ ਨਹੀਂ ਇਹਦਾ ਦਿਮਾਗ ਕੀ ਸੋਚਦਾ ਰਹਿੰਦਾ ਇਹ ਜਨਾਨੀ ਦਾ ਵੀ ਮੇਰੀ ਗੱਲ ਸੁਣ ਕੇ ਜੀਵਨ ਤੇਰੇ ਦਿਮਾਗ 'ਚ ਚੱਲਣ ਕੀ ਡਿਆ ਵਾ ਮੈਂ ਕਿਸ ਨੂੰ ਕੀ ਕਹਿਨੀ ਆ ਜੇ ਮੈਂ ਚੁੱਪ ਕਰਕੇ ਬਹਿ ਗਈ ਆ ਤੁਹਾਡੇ ਕੋ ਤਾਂ ਵੀ ਨਹੀਂ ਜਰੀ ਜਾਂਦੀ ਜੇ ਮੈਂ ਬੋਲਦੀ ਆ ਤੁਹਾਨੂੰ ਤਾਂ ਨਹੀਂ ਚੰਗੀ ਲੱਗਦੀ ਜੇ ਮੈਂ ਚੁੱਪ ਕੀਤੀ ਆ ਤੁਹਾਨੂੰ ਤਾਂ ਨਹੀਂ ਚੰਗੀ ਲੱਗਣ ਦੀ ਤੁਸੀਂ ਚਾਹੁੰਦੇ ਕੀ ਜੀ ਉਹ ਕੱਲ ਆਈ ਗਿਆ ਰਿਸ਼ਤੇਦਾਰਾਂ ਦੇ ਹੋ ਗਏ ਉੱਥੋਂ ਤੇ ਸਵਾਦ ਨਾਲ ਬੋਲੀ ਤਾਂ ਹੁੰਦਾ ਕਿਸੇ ਨੂੰ ਤੇ ਨਾਲੇ ਉਹ ਲਵਲੀ ਮੈਨੂੰ ਅੱਜ ਪਿੱਛੇ ਜਾ ਕੇ ਦਹਾਂ ਕਹਿਣ ਡਿਆ ਸੀ ਮੈਂ ਕੋ ਖਾ ਕੇ ਤੇ ਮਰ ਜਾਣਾ ਕਿਹਾ ਕੀ ਕਿਹਾ ਸੀ ਉਹਨਾਂ ਨੂੰ ਮੈਂ ਕਿਸੇ ਨੂੰ ਕੀ ਕਹਿਣਾ ਵਾ ਮੈਂ ਕਿਸੇ ਨੂੰ ਕੋਈ ਤੰਗੀ ਨਹੀਂ ਦਿੱਤੀ ਮੈਂ ਆਪਣੇ ਆਪ ਨੂੰ ਤੰਗ ਕਰ ਲਿਆ ਵਾ ਵੀ ਮੈਂ ਨਾ ਕਿਸੇ ਨਾਲ ਬੋਲਦੀ ਆ ਤੇ ਨਾਮ ਕੁਛ ਖਾਣੀ ਆ ਬਸ ਠੀਕ ਵਾ ਨਾ ਮੇਰੀ ਗੱਲ ਸੁਣ ਲੈ ਜੇ ਮੁੰਡੇ ਨੇ ਕੁਝ ਕਰ ਲਿਆ ਨਾ ਅਸੀਂ ਪੋਤੀਆਂ ਪੋਤੇ ਕੀ ਕਰਨੇ ਜਦੋਂ ਸਾਡਾ ਕੱਖ ਨਾ ਰਿਹਾ ਤੇ ਤੁਹਾਡਾ ਕਹਿਣ ਦਾ ਕੀ ਮਤਲਬ ਆ ਫਿਰ ਮੈਂ ਮਰ ਜਾਨੀ ਆ ਫਿਰ ਠੰਡ ਪੈ ਜਾ ਤੁਹਾਨੂੰ ਸਾਰੇ ਟੱਬਰ ਨੂੰ ਕੋ ਸਵਾਦ ਦੀ ਗੱਲ ਕਰੀਦੀ ਹੁੰਦੀ ਆ ਠੀਕ ਆ ਨਾ ਰਪਿੰਦਰ ਨੇ ਤੈਨੂੰ ਕੱਲ ਤਾਂ 500 ਤੇ ਹੀ ਪੁੱਛਿਆ ਵਾ ਤੇ ਰੋਟੀ ਕਿਉਂ ਨਹੀਂ ਖਾਣ ਦੀ ਮੇਰੀ ਮਰਜ਼ੀ ਆ ਨਹੀਂ ਖਾਣੀ ਮੈਂ ਇਹ ਚ ਤੁਹਾਨੂੰ ਕੋਈ ਇਤਰਾਜ਼ ਆ ਨਹੀਂ ਕਦੇ ਕਰਕੇ ਨਹੀਂ ਖਾਣ ਦੀ ਦੱਸ ਨਾ ਮੇਰੇ ਕੋਲ ਪੱਲੇ ਪਾ ਜਦੋਂ ਮੇਰੀ ਇਹ ਘਰ ਵਿੱਚ ਸੁਣੀ ਨਹੀਂ ਜਾਂਦੀ ਤੇ ਕੀ ਕਰਾਂ ਫਿਰ ਮੈਂ ਕੁਛ ਨਾ ਕੁਛ ਤੇ ਮੈਂ ਕਰਨਾ ਹੀ ਆ ਮੇਰੀ ਜੀਵਨ ਗੱਲ ਸੁਣ ਲੈ
ਉਹ ਦੋਵੇਂ ਬਿਲਕੁਲ ਆਪਣੀ ਜਗ੍ਹਾ ਤੇ ਠੀਕ ਆ। ਅੱਜ ਜੋਬਨ ਉਹਦੇ ਨਾਲ ਵਾ, ਅੱਜ ਪੂਰੀ ਮੋਢੇ ਨਾਲ ਮੋਢਾ ਲਾ ਕੇ ਤੁਰਦਾ। ਕੱਲ ਉਹਦੀ ਘਰ ਦੀ ਆ ਗਈ ਨਾ, ਕੀ ਪਤਾ ਕਿਸ ਤਰ੍ਹਾਂ ਦੀ ਆਉਣੀ ਆ, ਠੀਕ ਨੀ। ਉਹ ਵੀ ਆਪਣੇ ਸਾਥ ਦੋਵੇਂ ਸਾਥ ਸਹਿਣੇ ਆ, ਕਿ ਉਹ ਵੀ ਕਦੇ ਮਾੜਾ ਮੋਟਾ ਕਦੇ ਹੱਥ ਪੱਲਾ ਨੌਕਰੀ ਨੂੰ ਮਾਰਨਗੇ ਤੇ ਫਿਰ ਕੰਮ ਚੱਲਣਾ ਵਾ। ਤੇ ਮੈਂ ਕਿਹੜੀਆਂ ਕਿਸੇ ਦੀਆਂ ਬਾਹਾਂ ਫੜੀਆਂ ਵਾ, ਕੋਈ ਗੱਲ ਨੀ ਕਰਨ ਨੌਕਰੀਆਂ, ਸਾਰੇ ਕੰਮ ਹੀ ਹੋ ਜਾਂਦੇ ਹੁੰਦੇ ਆ ਬਾਅਦ ਚ, ਠੀਕ ਨੀ। ਪਹਿਲਾਂ ਚਾਰਾਂ ਆਪਣੀ ਜ਼ਿੰਦਗੀ ਤੇ ਸੈੱਟ ਕਰ ਲੈਣ ਦੇ। ਜਿਹੜਾ ਕੰਮ ਮੈਂ ਚਾਹੁੰਦੀ ਆ ਨਾ, ਮੈਨੂੰ ਉਹੀ ਚਾਹੀਦਾ ਵਾ। ਤੁਹਾਨੂੰ ਮੈਂ ਦੱਸਦੀ ਜੀ ਗੱਲ, ਮੈਨੂੰ ਬਾਰ ਬਾਰ ਨਾ ਕਹੋ। ਮੇਰੀ ਗੱਲ ਸੁਣੋ, ਸਾਰੀ ਦੁਨੀਆ ਨੌਕਰੀ ਕਰਨ ਡਈ ਆ, ਲੋਕਾਂ ਦੇ ਨਿਆਣੇ ਨੀ ਹੁੰਦੇ, ਇਹਨਾਂ ਨੇ ਐਲੋ ਕਰ ਨੌਕਰੀਆਂ ਕਰਨੀਆਂ ਵਾ। ਮੇਰੀ ਗੱਲ ਸੁਣ ਲਾ, ਮੰਨ ਲਾ ਇਹਨ ਕੇਸ ਬੱਚਾ ਹੋ ਜਾਂਦਾ, ਮੁੜ ਕੇ ਸਾਂਭੇਗੀ ਉਹਨਾਂ ਨੂੰ? ਮੈਂ ਸਾਂਭਲੂੰਗੀ, ਉਹ ਮੈਂ ਤਾਂ ਇੰਨਾ ਵਾਅਦਾ ਕਰਦੀ ਹਾਂ, ਬੱਚਾ ਮੈਂ ਸਾਂਭਲੂੰਗੀ। ਮੁੜ ਕੇ ਤੇਰੇ ਵਰਗੀਆਂ ਸੱਸਾਂ ਤਾਂ ਕਰਦੀਆਂ ਹੁੰਦੀਆਂ ਵਾ, ਆਹ ਮੇਰੇ ਕੋਲ ਨੀ ਸਿਆਪਾ ਹੁੰਦਾ, ਆਹ ਮੇਰੇ ਪੱਲੇ ਪਾਤਾ ਜੰਮ ਕੇ ਉਹ ਕਰਤਾ ਜਮੂ ਕਰਤਾ, ਉਹਨੂੰ ਚੰਗਾ ਉਹਨੂੰ ਕਰਨ ਦੇ ਜੋ ਕਰਨ ਦੇ ਆ। ਆਹ ਵੇਖੋ ਮੈਂ ਨੀ ਕਹਿੰਦੀ, ਮੇਰੀ ਇੱਕ ਵਾਰੀ ਗੱਲ ਮੰਨ ਲਓ, ਮੈਂ ਆਪਣੀ ਜਿੱਦ ਛੱਡ ਦੂੰਗੀ। ਛੱਡ ਦੂੰਗੀ ਜਿੱਦ ਤੂੰ ਬਿਮਾਰ ਹੋ ਜਾਏਗੀ, ਨਾ ਕਰੇਗੀ ਤੇ ਸੱਦ ਹੋਈ ਆ। ਜਾਓ ਜਾਓ, ਜੋ ਕਰਨਾ ਕਰ ਲਓ, ਮੈਂ ਆਪਣੀ ਜਿੱਦ ਪੂਰੀ ਕਰਕੇ ਰਹਿਣੀ ਆ ਹੁਣ। ਡੈਡੀ ਨਾਲ ਤਾਂ ਯਾਰ ਗੱਲ ਕੀਤੀ, ਪਤਾ ਨਹੀਂ ਹੁਣ ਮੰਮੀ ਨੇ ਕੀ ਜਵਾਬ ਦਿੱਤਾ ਉਹਨਾਂ ਦਾ ਕੀ ਨਹੀਂ। ਚਲੋ ਵੇਖਦੇ ਹਾਂ ਡੈਡੀ ਨੂੰ ਪੁੱਛਾਂਗਾ ਆਪਣਾ ਕੀ ਕਹਿੰਦੇ। ਕੀ ਇਕੱਲੇ ਗੱਲਾਂ ਕਰੀ ਜਾਂਦੇ ਆ, ਫੜੋ ਰੋਟੀ ਖਾਓ। ਰਹਿਣ ਦੇ ਯਾਰ, ਰੋਟੀ ਨਹੀਂ ਜੀ ਲੈਂਦੇ ਆ। ਖਾਓ, ਸਵੇਰੇ ਖਾ ਲਾਂਗੇ, ਹੁਣ ਰਹਿਣ ਦੇ। ਦੱਸ ਇੱਕ ਨੇ ਤਾਂ ਹੁਣ ਛੱਡੀ ਆ, ਹੁਣ ਸਾਰਿਆਂ ਦੇ ਛੱਡਾ ਭਲਾ ਗੁਜ਼ਾਰਾ ਹੋ ਜਾਊਗਾ ਰੋਟੀ ਦਾ? ਹਾਂਜੀ ਯਾਰ, ਜੀ ਖਾਣ ਦੇ ਰਾਤ ਦੇ ਉੱਤੇ। ਆਏ ਹਾਏ, ਥੋੜ੍ਹੀ ਖਾ ਲਓ, ਕਿਉਂ ਜੇ ਫੜੀ ਤੁਸੀਂ ਸਾਰੇ ਟੱਬਰ ਨਹੀਂ ਰਾਤ ਦੇ ਉੱਤੇ। ਮੈਂ ਚਾਹ ਪੀ ਲਈ ਜਾਂਗੇ ਜੀ ਖਾਣ ਦੇ। ਨਹੀਂ ਮੇਰੀ ਸੁਣੋ ਗੱਲ, ਰੋਟੀ ਛੱਡਿਆ ਭਲਾ ਗੁਜ਼ਾਰਾ ਹੋ ਜਾਊਗਾ? ਮੰਮੀ ਨੇ ਤਾਂ ਉਹਨੇ ਵੀ ਛੱਡਤੀ ਆ, ਹੁਣ ਤੁਸੀਂ ਆ ਤੇ ਮੈਂ ਵੀ ਨਹੀਂ ਖਾਣੀ? ਨਹੀਂ ਮੇਰਾ ਉਦਾਂ ਜੀ ਨਹੀਂ ਖਾਂਦੇ ਯਾਰ, ਘਰ 'ਚ ਤੈਨੂੰ ਪਤਾ ਜਦੋਂ ਕੋਈ ਵੱਧ ਪਿਆ ਹੋਏ ਤਾਂ ਇੰਨੀ ਕੋਈ ਖਾਣ ਜੀ ਕਰਦਾ। ਚੱਲ ਕੋਈ ਨਹੀਂ, ਇੰਨੀ ਟੈਨਸ਼ਨ ਨਾ ਲਓ, ਇੱਦਾਂ ਕਰੋ ਸਵੇਰੇ ਨਾ ਜੋਬਨਵੀਰ ਨਾਲ ਗੱਲ ਕਰਕੇ ਵੇਖੋ ਹਾਂ ਭਲਾ। ਨਹੀਂ ਉਦਾਂ ਮੈਂ ਡੈਡੀ ਨੂੰ ਅੱਜ ਕਿਹਾ ਸੀ, ਹਾਂ ਆਉਂਦਾ ਸੀ, ਮੈਂ ਪੁੱਛਾਂਗਾ, ਪਤਾ ਨਹੀਂ ਹੁਣ ਕੀ ਜਵਾਬ ਦਿੱਤਾ, ਉਹਦੀ ਕਿਤੇ ਮੰਨਣੀ ਆ। ਨਹੀਂ ਤੁਸੀਂ ਨਾ ਇੱਦਾਂ ਕਰੋ ਕਿ ਜੋਬਨਵੀਰ ਨਾਲ ਗੱਲ ਕਰੋ, ਜੋਬਨਵੀਰ ਦੀ ਗੱਲ ਤਾਂ ਮੰਮੀ ਮੰਨ ਲੈਂਦੀ ਆ, ਤੇ ਕੀ ਪਤਾ ਉਹਦੀ ਗੱਲ ਮੰਨ ਲੈਣ। ਚੱਲ ਹੁਣ ਉਹ ਥੱਕਿਆ ਟੁੱਟਿਆ ਆਇਆ ਵਿਚਾਰਾ, ਤੇ ਚੱਲ ਸਵੇਰੇ ਪੁੱਛਾਂਗਾ ਭਲਾ। ਆਹੋ ਸਵੇਰੇ ਨਾ ਗੱਲ ਕਰਕੇ ਵੇਖੋ ਭਲਾ ਉਹਦੇ ਨਾਲ, ਹਾਂ ਵੀ ਕੀ ਕਹਿੰਦਾ। ਆਹੋ ਉਹਦੀ ਗੱਲ ਮੰਨ ਲੈਣੀ, ਮੰਮੀ ਨੇ ਵੇਖਿਓ ਭਾਈ। ਨਾਲੇ ਮੇਰੀ ਗੱਲ ਸੁਣੋ, ਤੁਸੀਂ ਨਾ ਢੇਰੀ ਢਾ ਕੇ ਬੈਠੋ, ਤੁਹਾਡੇ ਨਾਲ ਤੇ ਮੈਂ ਵਾਂ, ਜੇ ਤੁਸੀਂ ਹਿੰਮਤ ਹਾਰ ਕੇ ਬਹਿ ਗਏ ਤੇ ਮੇਰੀ ਗੱਲ ਕਿਹਨੇ ਸੁਣਨੀ ਆ ਘਰ ਦੇ ਵਿੱਚ? ਯਾਰ ਉਹ ਨਹੀਂ ਕੋਈ ਵੀ ਗੱਲ, ਤੈਨੂੰ ਪਤਾ ਜਦੋਂ ਮਾਂ ਹੀ ਇਦਾਂ ਕਰਨ ਲੱਗੇ ਤੇ ਫਿਰ ਹੋਰ ਕੋਈ ਹੋਵੇ ਤੇ ਕੋਈ ਗੱਲ ਨਹੀਂ। ਪਰ ਨਹੀਂ ਨਾ, ਜੇ ਤੁਸੀਂ ਹਿੰਮਤ ਹਾਰ ਲਈ ਹੁਣ ਤੇ ਫਿਰ ਕਿੱਦਾਂ ਘਰ ਚੱਲੂਗਾ? ਮੈਂ ਸਵੇਰੇ ਕਰੂੰਗਾ ਜੋਬਨ ਨਾਲ ਗੱਲ, ਵੇਖਾਂਗੇ ਕੀ ਪਤਾ ਉਹਦੀ ਮੰਨ ਹੀ ਲਵੇ। ਆਹੋ ਨਹੀਂ ਜੋਬਨਵੀਰ ਨੂੰ ਪੁੱਛ ਕੇ ਵੇਖੋ ਤੁਸੀਂ। ਚੱਲ ਫਿਰ ਆਇਆ ਡੈਡੀ ਨੂੰ ਰੋਟੀ ਤੇ ਸੋਈਏ ਫਿਰ। ਆਹੋ ਚਲੋ। ਜੋਬਨ ਹੋ ਗਿਆ ਤਿਆਰ? ਆਹੋ ਬਸ ਹੋਈ ਆ ਵਿਆਹ ਯਾਰ, ਇੱਥੇ ਗੱਲ ਕਰਨੀ। ਕੀ ਹੋ ਗਿਆ? ਹੋਣਾ ਕੀ ਹੈ ਯਾਰ? ਕੀ ਗੱਲ ਹੋ ਗਈ ਆ? ਹੋਣਾ ਕੀ ਹੈ ਯਾਰ, ਆਪ ਤੇ ਤੂੰ ਉੱਥੇ ਰਹਿਣਾ ਤੇ ਮੇਰਾ ਦੱਸਣ ਨੂੰ ਜੀਤ ਨਹੀਂ ਕਰਦਾ, ਮੈਂ ਐਵੇਂ ਟੈਨਸ਼ਨ ਲਊਗਾ ਉੱਥੇ ਜਾ ਕੇ ਵੀ। ਉਹ ਯਾਰ ਉਹ ਮਾਤਾ ਜੀ ਹੰਡਣਾ ਲੈਂਦੀ, ਉਹ ਖਿੱਚਦੀ ਖਿੱਚਦੀ ਰਹਿੰਦੀ ਕਿਉਂ? ਕਹਿੰਦੀ ਮੁੰਡਾ ਚਾਹੀਦਾ ਵੈ। ਆਈ ਉਹਨੂੰ ਇਹ ਗੱਲ ਕਹੀ ਆ ਵੀ ਚੱਲ ਉਹ ਵੀ ਪੜ੍ਹੀ ਲਿਖੀ ਆ, ਚੱਲ ਕੇ ਸਕੂਲ ਸਕਾਲ 'ਚ ਲੱਗ ਜੂਗੀ, ਤੇ ਮੈਂ ਵੀ ਬਾਹਰੋਂ ਅੰਦਰੋਂ ਹੋ ਆਉਂਦਾ ਵਾ, ਸਾਲ ਡੇਢ ਸਾਲ ਲਾ ਆਉਂਦਾ, ਪੈਸੇ ਕੋਈ ਜੁੜ ਜਾਣਗੇ। ਗੱਲ ਤਾਂ ਸਹੀ ਆ, ਤੂੰ ਕਿੰਨਾ ਕੁ ਚਿਰ ਸਾਨੂੰ ਦੇਈ ਜਾਣੇ ਆ, ਆ ਜਾ ਕੇ ਤੇਰਾ ਵੀ ਕੱਲ ਨੂੰ ਕਰਨਾ ਹੀ ਆ। ਹੁਣ ਤੇ ਤੂੰ ਸਾਡੇ ਨਾਲ ਆ, ਕੱਲ ਨੂੰ ਕੀ ਪਤਾ ਯਾਰ ਕਿੱਦਾਂ ਦੀ ਆਈ ਨੀ ਕਿੱਦਾਂ ਦੀ ਨਹੀਂ, ਹਨਾ? ਤੇ ਉਹ ਇਹ ਗੱਲ ਸਮਝਦੀ ਨੀ ਯਾਰ। ਮੈਂ ਤੇ ਮੰਮੀ ਨੂੰ ਸਮਝਾਇਆ ਸੀਗਾ, ਮੈਨੂੰ ਤਾਂ ਲੱਗਾ ਕਿ ਹਰੇ ਹਟ ਗਏ ਹੋਣੇ ਤੁਹਾਨੂੰ ਕਹਿਣੋ। ਨਹੀਂ ਯਾਰ ਉਹ ਨਹੀਂ ਹਟੀ। ਹੁਣ ਕਹਿੰਦੇ ਕੀ ਆ? ਇਹੋ ਜਿੱਦ ਫੜੀ ਆ ਵੀ ਬਸ ਮੁੰਡਾ ਹੀ ਚਾਹੀਦਾ, ਬਾਅਦ 'ਚ ਜੋ ਮਰਜ਼ੀ ਕਰਦੇ ਰਹੋ ਤੁਸੀਂ, ਬਾਅਦ 'ਚ ਕੁਛ ਹੁੰਦਾ ਵਾ ਜਦੋਂ ਨਿਆਣੇ ਹੋ ਜਾਣ? ਨਹੀਂ ਮੁੜ ਕੇ ਤਾਂ ਜ਼ਿੰਮੇਵਾਰੀ ਪੈ ਜਾਣੀ ਹੈ ਯਾਰ। ਮੈਂ ਵੀ ਉਹਨਾਂ ਨੂੰ ਇਹੋ ਗੱਲ ਸਮਝਾਈ, ਮੈਂ ਕਿਹਾ ਚੱਲ ਜੇ ਉਹਨਾਂ ਦਾ ਜੀ ਕਰਦਾ ਬਾਹਰ ਅੰਦਰ ਜਾਣ ਨੂੰ, ਹਾਂ ਤੇ ਚੱਲ ਤੁਸੀਂ ਕਰ ਲੈਂਦੇ ਉਹਨਾਂ ਨੂੰ, ਹਨਾ? ਤੇ ਮੈਨੂੰ ਤਾਂ ਉਹਨਾਂ ਕੁਛ ਵੀ ਨਹੀਂ ਕਿਹਾ, ਮੈਨੂੰ ਇਹ ਲੱਗਾ ਸੀਗਾ ਵੀ ਮੈਂ ਮੰਨ ਗਏ ਹੋਣੇ ਆ। ਨਹੀਂ ਨਹੀਂ ਮੰਨੇ ਤਾਂ ਨਹੀਂ, ਮੈਂ ਤਾਂ ਡੈਡੀ ਨੂੰ ਕਿਹਾ ਵੀ ਪਰ ਡੈਡੀ ਦੇ ਨਾਲ ਮੰਨੀ ਨਹੀਂ ਮੇਰੇ ਸਾਹਮਣੇ। ਉਹਨੂੰ ਤਾਂ ਭਰਾ ਦੋ ਤਿੰਨ ਦਿਨ ਹੋ ਗਏ ਨੇ ਰੋਟੀ ਨਹੀਂ ਗਾ ਖਾਧੀ। ਰੋਟੀ ਨਹੀਂ ਖਾਧੀ? ਨਾ, ਰੁਪਿੰਦਰ ਦੋ ਤਿੰਨ ਵਾਰੀ ਜਾਂਦੀ ਹੈ ਦਿਹਾੜੀ 'ਚ, ਉਹ ਪਤਾ ਨਹੀਂ ਪੜਾਉਂਦੀ ਹੈ। ਚੱਲ ਕੋਈ ਨਹੀਂ, ਮੈਂ ਚੱਲਿਆ ਡਿਊਟੀ, ਮੈਂ ਉਦਾਂ ਪਹਿਲਾਂ ਗੱਲ ਕਰਕੇ ਜਾਣਾ ਵਾ, ਤੇ ਮੈਂ ਰੋਟੀ ਵੀ ਖਵਾ ਕੇ ਜਾਣਾ। ਇਹ ਵਾਲਾ ਕਿੱਦਾਂ ਦਾ ਕੰਮ ਆ? ਉਹ ਆਹ ਮੈਂ ਬਿਮਾਰ ਬਮੂਰ ਹੋ ਗਈ ਤੇ ਮੁੜ ਕੇ ਪੈਸੇ ਘਰੋਂ ਹੀ ਲੱਗਣੇ ਆ, ਕਹਿੰਦੇ ਬਾਹਰ ਆਹ ਵੀ ਦੌੜ ਪੈਣੀ ਆ। ਹਾਂ ਚੱਲ ਕੋਈ ਨਹੀਂ, ਤੂੰ ਫਿਕਰ ਨਾ ਕਰ, ਮੈਂ ਕਰਦਾ ਗੱਲ। ਨਹੀਂ ਯਾਰ ਉਹਨਾਂ ਮਾੜਾ ਜੀ ਕਰ। ਬੈਠੇ ਜੇ ਆਹ ਪੁੱਤ ਬੈਠੀ ਆ, ਆਪਣੀ ਰੋਟੀ ਖਾਓ। ਮੇਰੀ ਗੱਲ ਸੁਣ ਲਾ, ਮੈਨੂੰ ਨਾ ਕਹੀ ਮੇਰਾ ਪੁੱਤ, ਮੈਂ ਰੋਟੀ ਨਹੀਂ ਖਾਣੀ। ਮੇਰੀ ਗੱਲ ਸੁਣੋ। ਕਿਹੜੀ ਗੱਲ? ਨਹੀਂ ਮੈਂ ਨਹੀਂ ਖਾਣੀ, ਬੰਦ ਕਰ ਦੇ, ਮੈਨੂੰ ਜ਼ਿਆਦਾ ਵਾਰ ਨਾ ਕਹਿ, ਮੈਂ ਨਹੀਂ ਖਾਣੀ ਬਸ। ਕਿਉਂ ਨਿਆਣੇ ਵਾਲੀ ਜਿੱਦ ਫੜ ਕੇ ਬੈਠੇ ਜੇ? ਮੈਂ ਤਾਂ ਇੱਕ ਵਾਰੀ ਕਹਿਤਾ ਨਾ ਵੀ ਪੁੱਤ ਮੈਂ ਰੋਟੀ ਨਹੀਂ ਖਾਣੀ, ਮੇਰੀ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਗੀ, ਬਸ ਮੇਰੇ ਕੋਲ ਲਵਲੀ ਆਇਆ ਸੀਗਾ, ਲਵਲੀ ਆਇਆ ਸੀ ਮੇਰੇ ਕੋਲ ਸਵੇਰੇ, ਤੇ ਉਹ ਵਿਚਾਰੇ ਪਤਾ ਕਿੰਨੇ ਤੰਗ ਵਾ, ਜੇ
तू ही कुछ समझाउंदा, तू ही खाने च पाउंदा ओहदे कुछ। मम्मी मैनूं इह वी चीज़ लगदी आ ना वी कल नूं अहीं अड्ड अड्ड होइणा वा ते फिर ओह विचारे की करनगे दसो, पहली दसो किन्ने क चिर जिंदगी कढणगे अपणे। मेरी गल सुण, मैं ते पहलां वी सारे जीआं नूं कहा वी मैं कहड़े किसे दे हत्थ फड़े आ, करो नौकरी पर जिहड़ा टाइम नाल काम हो जाणा ओह वधिया हुंदा वा, तैनूं नहीं की समझ आउंदी इह। हुण इह आ ना वी जे कल नूं न्याणे दी जिम्मेवारी पै गई उहनां दे सिर ते कल नूं न्याणा सांभणगे कि नौकरी करनगे। ते न्याणा मैं सांभूंगी, मैं अज जिम्मेवारी चुकण डई आ, फिर इहनां नूं कदी सिर दर्दी आ। चल फिर भी अगले सोचते होने भी कितने आरे लग जाएंगे काम कुम, चल चार पैसे कट्ठे कर लाँगे, तो तुम सगो तुम चाहिए साथ देना। मेरी गल सुन, तू भी उन्होंने बोली बोलता वा। वो बोली बोलने वाली नहीं अम्मी गल, वो हूँ इन्नी तंग वा तो तंगी वेखी जाती भैन भरा दसो, तो माँ की तंगी नहीं वेखी जाती तेरे को। चल वेख लो जिदा तुम ठीक लगता जा, तू मैं खानी आया मैं समझा हूँ, तू भी उन्होंने बोली बोलिया कर, मेरे वाल तो कोई नहीं वेखदा ना। अगले चाहते जिंदगी कुछ करना पर पता नहीं दिमाग च की बढ़ गया, मन ही नहीं गल बंद कवे की जे कवे तो घर च लड़ाई पी। चल कोई नहीं तू फिक्र ना करी, मैं आके फिर एक करी करूंगा गल ओदा। है चल ठीक है, तू जा लेट ना। चल आ गया वो पैगी तेरे कलेजे ठंड दसता हूं सारे की होया। अजे पुछदा भी की होया मम्मी, मैं रिक्शा कर दनी तेनू ते वाजा लै दनी आ ते पिंड पिंड फिर चंगा, ते दस हड्डी मां इदा करन दी हड्डे नाल फिर ठंड पै जू तेनू। मैं दसिया ही है की बात समझोगे। आहो मैं बेसमझ वा ना, मैं समझाना तो ही शर्म तो नहीं आती। मम्मी आ हाथ जड़ा ला ते अपनी जिद छड़ दे। ते तू जड़ा ला मेरे को हाथ ते तू ही छड़ दो अपनी जिद, कोई ना कोई चीज मर जूगा ते फिर कुछ चंगे रहोगे ते तू ही मेरे चक्कर की तू लड़ाई पाई है घर दे विच ते की करा पुत्त तानू नहीं समझ आउंदी। मम्मी जी मान जो हाड़ी गल मान जो, हां की हो जाऊगा तू ही मान जो ते फिर की हो जाऊगा पुत्त। मैं तानू अपना फैसला दसता वा ठीक है ना, ताड़ी मां मर जूगी ना तो तुम चंगी बड़ी ठंड पै जानी है, तुम जो करना दो जी कर लो बस मैं चली गई। हूँ दसो फिर की करिए, हूं करना की है यार, जे मैं गुस्से जान के वो खा लिया तो भी भांडा मुद्दा वजना घर का, तो जे माता ने कुछ हो गया तो भी बिपता ही सारे पास इदा कर, तू रोटी पा के लिया। चल मैं रोटी ले माता को चली। मम्मी लै फड़ रोटी खा। ਕਿਹੜੀ ਗੱਲ ਚ ਖਾ ਰੋਟੀ? ਉਹ ਖਾ ਲਾ ਰੋਟੀ, ਤੇਰੀਆਂ ਗੱਲਾਂ ਮੰਨ ਲਾਂਗੇ। ਖਾ ਲਾ ਮੰਨੇਗਾ ਤਿਆਰ ਜਿਹਾ ਹੁੰਦੇ ਕੀ? ਹਾਂ ਮੰਨ ਲਾਂ। ਚਲ ਆ ਕੀਤੀ ਨਾ ਮੇਰੇ ਪੁੱਤ ਨੇ ਗੱਲ, ਪੁੱਤ ਆ ਤੇ ਤੁਸੀਂ ਨਾ ਮੈਨੂੰ ਅੱਜ ਖੁਸ਼ ਕਰਤਾ ਵਾ, ਤੇ ਮੇਰੀ ਗੱਲ ਸੁਣ ਪੁੱਤ, ਇਹ ਸਾਰਾ ਟੱਬਰ ਤੁਹਾਡੇ ਨਾਲ ਵਾ, ਜੋਬਨ ਵੀ ਤੁਹਾਨੂੰ ਪੈਸੇ ਦੇਊਗਾ, ਕਿਉਂ ਨਾ ਦੇਊਗਾ ਪੈਸੇ, ਉਹਦੀ ਜ਼ਰੂਰਤ ਤੁਹਾਨੂੰ ਪੈਸੇ ਨਾ ਦੇਵੇ, ਠੀਕ ਵਾ ਨਾ? ਜਦੋਂ ਮੈਂ ਤੁਹਾਡੇ ਨਾਲ ਵਾ ਨਾ ਫਿਰ ਤੁਹਾਡੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਆ ਤੇ ਅੱਜ ਤੁਸੀਂ ਮੈਨੂੰ ਨਾ ਬਹੁਤਾ ਹੀ ਖੁਸ਼ ਕਰਤਾ ਵਾ ਸੱਚੀ। ਅਸੀਂ ਮੰਮੀ ਇਹੋ ਸਲਾਹ ਕੀਤੀ ਵੀ ਚੱਲ ਮੰਮੀ ਦੀ ਗੱਲ ਮੰਨ ਹੀ ਲੈਂਦੇ ਹਾਂ, ਐਵੇਂ ਮੰਮੀ ਮੁੜ ਕੇ ਬਿਮਾਰ ਮੂਰ ਹੋ ਗਈ ਜੇ ਫਿਰ ਪੈਸੇ ਲੱਗਣਗੇ, ਤਾਂ ਕਰਕੇ ਫਿਰ ਅਸੀਂ ਆਖਿਆ ਵੀ ਚੱਲ ਰੋਟੀ ਵੀ ਨਾਲ ਹੀ ਖਾਣੇ, ਮੰਮੀ ਰੋਟੀ ਖਵਾ ਦਿੰਦੇ ਨਾਲ। ਪੁੱਤ ਆ ਤਾਂ ਤੁਸੀਂ ਬੜਾ ਹੀ ਵਧੀਆ ਕੀਤਾ ਵਾ, ਚਲੋ ਕਰੋ ਕੋਈ ਕੰਮ ਧੰਦਾ ਫਿਰ ਤੁਸੀਂ। ਹਾਂ ਖਾ ਲਓ ਨਾ ਰੋਟੀ, ਖਾ ਲਿਓ ਹੁਣ ਤੁਸੀਂ। ਖਾ ਲਓ ਰੋਟੀ। ਹਾਂ ਕੋਈ ਨਹੀਂ ਕੋਈ ਨਹੀਂ, ਮੈਂ ਖਾ ਲੈਣੀ ਰੋਟੀ। ਚੱਲ ਆ ਤਾਂ ਮੇਰੀ ਸੁਣੀ ਗਈ ਆ, ਪ੍ਰਭ ਤੇਰਾ ਭਲਾ ਹੀ ਹੋਵੇ, ਆ ਤਾਂ ਚੰਗੀ ਸਕੀਮ ਦੇ ਕੇ ਗਈ ਮੈਨੂੰ, ਮੈਂ ਕਿਹੜੀ ਭੁੱਖੀ ਬੈਠੀ ਸੀਗੀ। ਕੋਈ ਗੱਲ ਨਹੀਂ, ਮੈਨੂੰ ਕਿਹੜੀ ਭੁੱਖ ਲੱਗੀ ਆ, ਰੋਟੀ ਤਾਂ ਮੈਂ ਸਵੇਰੇ ਖਾਧੀ ਅਜੇ। ਚੱਲ ਇੱਕ ਫੁਲਕਾ ਖਾ ਹੀ ਲੈਣਾ, ਇਹਨਾਂ ਨੇ ਕਹਿਣਾ ਖਾਧੀ ਕਿਉਂ ਨਹੀਂ, ਫਿਰ ਪ੍ਰਭ ਨੂੰ ਫੋਨ ਕਰਨੀ ਆ। ਚੱਲ ਯਾਰ ਰਵਿੰਦਰ ਕਪਾ ਤਾਂ ਮੁੱਕਾ ਘਰ ਤੋਂ, ਆਪੇ ਰੋਟੀ ਤੇ ਖਾ ਹੀ ਲਈ ਆ ਨਾ, ਇਹੋ ਡਰ ਹੀ ਕਿਤੇ ਬਿਮਾਰ ਮੂਰ ਨਾ ਹੋ ਜਾਏ। ਆਹੋ ਚੰਗਾ ਸੋ ਯਾਰ, ਖੜਾ ਛੁੱਟੀ। ਚੱਲ ਕੋਈ ਨਹੀਂ, ਹਾਂ ਕੀ ਕਰਨਾ।